ਮੋਹਾਲੀ ਜ਼ਿਲ੍ਹੇ ਦੀ ਅਸੀਂ ਗੱਲ ਕਰ ਲਈਏ, ਜਿਹੜੇ ਦਾਅਵੇ ਕੀਤੇ ਗਏ ਸੀ ਨਗਰ ਨਿਗਮ ਵੱਲੋਂ, ਥੋੜੀ ਜਿਹੀ ਬਰਸਾਤ ਪਈ ਤੇ ਸੜਕਾਂ ਦਾ ਹਾਲ ਤਸਵੀਰਾਂ ਰਾਹੀਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਬਿਲਕੁਲ ਜਲ ਭਰਾਵ ਦਾ ਜਿਹੜੀ ਸਿਚੁਏਸ਼ਨ ਹੈ ਉਹ ਦੇਖਣ ਨੂੰ ਮਿਲ ਰਹੀ ਹੈ। ਤਸਵੀਰਾਂ ਨੇ ਮੋਹਾਲੀ ਜ਼ਿਲ੍ਹੇ ਦੇ ਸੈਕਟਰ 79 ਦੀ ਸੜਕਾਂ ਦੀ, ਜਿੱਥੇ ਪੂਰਾ ਜਿਹੜੀ ਸੜਕ ਹੈ ਉਹ ਜਲ ਭਰਾਵ ਕਰਕੇ ਪੂਰੀ ਜਿਹੜਾ ਹੈਗਾ ਜਲਮਗਨ ਹੋ ਚੁੱਕੀ ਹੈ। ਹਰ ਸੈਕਟਰ ਦੀ ਅਸੀਂ ਗੱਲ ਕਰ ਲਈਏ, ਹਰ ਜੇ ਆਪਾਂ ਗੱਲ ਕਰ ਲਈਏ ਸੁਸਾਇਟੀ ਦੇ ਬਾਹਰ ਦੀ ਇਹ ਹਾਲਾਤ ਨੇ ਕਿ ਪੂਰਾ, ਹਾਲਾਂਕਿ ਦਾਅਵੇ ਜ਼ਰੂਰ ਕੀਤੇ ਗਏ ਸੀਗੇ ਕਿ ਬਰਸਾਤ ਤੋਂ ਪਹਿਲਾਂ ਪੂਰੇ ਜਿਹੜੇ ਸੀਵਰੇਜ ਸਿਸਟਮ ਹੈ ਉਸਨੂੰ ਸਾਫ ਸਫਾਈ ਕਰਾਇਆ ਗਿਆ, ਲੇਕਿਨ ਹਾਲਾਤ ਇਹ ਨੇ ਕਿ ਕਰੀਬ 1 ਘੰਟੇ ਦੀ ਬਰਸਾਤ ਤੋਂ ਬਾਅਦ ਹੁਣ ਜਿਹੜੇ ਹਾਲਾਤ ਨੇ ਉਹ ਸਾਰਿਆਂ ਦੇ ਸਾਹਮਣੇ। ਹਾਲਾਂਕਿ ਕਾਫੀ ਲੰਬੇ ਸਮੇਂ ਤੋਂ ਲੋਕਾਂ ਦੀ ਵੀ ਇਹ ਮੰਗ ਸੀ ਕਿ ਸਾਫ ਸਫਾਈ ਸੀਵਰੇਜ ਦੀ ਨਹੀਂ ਹੁੰਦੀ, ਜਿਸ ਕਰਕੇ ਲਗਾਤਾਰ ਜਿਹੜਾ ਜਲ ਭਰਾਵ ਦੀ ਸਿਚੁਏਸ਼ਨ ਹੋ ਜਾਂਦੀ ਹੈ, ਔਰ ਇਹ ਇੰਟਰਨਲੀ ਨਹੀਂ ਬਲਕਿ ਬਾਹਰ ਦੇ ਰੋਡਸ ਤੇ ਵੀ ਇਸ ਤਰ੍ਹਾਂ ਦੇ ਜਿਹੜੇ ਹਾਲਾਤ ਹੈ ਉਹ ਜ਼ਰੂਰ ਵੇਖਣ ਨੂੰ ਮਿਲ ਰਹੇ। ਇਹ ਤਸਵੀਰਾਂ ਨੇ ਮੋਹਾਲੀ ਜ਼ਿਲ੍ਹੇ ਦੇ ਜਿਹੜਾ ਕੋਰਟ, ਜਿਹੜਾ ਡਿਸਟ੍ਰਿਕਟ ਕੋਰਟ SSP ਦਫ਼ਤਰ ਤੋਂ ਜਿਹੜਾ ਰੋਡ ਨਿਕਲਦਾ ਉੱਥੇ ਦੀ ਇਹ ਤਸਵੀਰਾਂ ਨੇ, ਜਿੱਥੇ ਪੂਰੇ ਰੋਡ ਜਿਹੜੇ ਹੈ ਉਹ ਜਲਮਗਨ ਹੋ ਚੁੱਕੇ ਨੇ, ਔਰ ਸੀਵਰੇਜ ਸਿਸਟਮ ਜਿਹੜਾ ਉਹ ਪੂਰੀ ਤਰ੍ਹਾਂ ਜਿਹੜਾ ਫੇਲ ਹੈ ਉਹ ਦਿਖਾਈ ਦੇ ਰਿਹਾ, ਕਿਉਂਕਿ ਪੂਰਾ ਜਿਹੜੇ ਸੀਵਰੇਜ ਹੈ ਉਹ ਬਿਲਕੁਲ ਬੰਦ ਪਏ ਹੈ, ਜਿਸ ਕਰਕੇ ਜਿੰਨੀ ਵੀ ਸੜਕਾਂ ਨੇ ਉਹ ਜਲਮਗਨ ਹੋ ਚੁੱਕੀ ਹੈ। ਹਾਲਾਂਕਿ ਤਸਵੀਰਾਂ ਮੋਹਾਲੀ ਦੇ ਸੈਕਟਰਸ ਦੀ, ਕਈ ਸੈਕਟਰਸ ਦੇ ਇਸ ਤਰ੍ਹਾਂ ਦੇ ਹਾਲਾਤ ਨੇ ਜਿੱਥੇ ਜਲ ਭਰਾਵ ਦੀ ਜਿਹੜੀ ਸਿਚੁਏਸ਼ਨ ਹੈ ਉਹ ਵੇਖਣ ਨੂੰ ਮਿਲ ਰਹੀ ਹੈ। ਪਹਿਲੀ ਵਾਰੀ ਨਹੀਂ, ਇਸ ਤੋਂ ਪਹਿਲਾਂ ਵੀ ਜੇ ਅਸੀਂ ਗੱਲ ਕਰ ਲਈਏ ਪਿਛਲੀ ਵਾਰ ਵੀ ਹਾਲਾਤ ਇਸ ਤਰ੍ਹਾਂ ਦੇ ਸੀਗੇ ਕਿ ਪੂਰੇ ਜਿਹੜੇ ਰੋਡ ਹੈ ਉਹ ਪੂਰੇ ਜਲ ਭਰਾਵ ਸਿਚੁਏਸ਼ਨ ਜਿਹੜੀ ਹੈ, ਘਰਾਂ ਦੇ ਅੰਦਰ ਤੱਕ ਪਾਣੀ ਜਾ ਚੁੱਕਿਆ ਸੀਗਾ, ਫਲੈਟ ਜਿਹੜੇ ਸੁਸਾਇਟੀ ਹੈ ਗੇਟਿਡ ਸੁਸਾਇਟੀ ਹੈ ਉੱਥੇ ਵੀ ਜਲ ਭਰਾਵ ਦੀ ਜਿਹੜੀ ਸਿਚੁਏਸ਼ਨ ਹੈ ਉਹ ਵੇਖਣ ਨੂੰ ਮਿਲੀ ਸੀ। ਜੇ ਅਸੀਂ ਗੱਲ ਕਰ ਲਈਏ ਮੋਹਾਲੀ ਜ਼ਿਲ੍ਹੇ ਵੱਖ ਵੱਖ ਜਿਹੜੇ ਸੈਕਟਰਸ ਨੇ, ਸੁਸਾਇਟੀ ਨੇ, ਉਹਦੇ ਵਿੱਚ ਥੋੜੀ ਜਿਹੀ ਬਰਸਾਤ ਕਰਕੇ ਜਿਹੜਾ ਹਾਲਾਤ ਹੈ ਉਹ ਜ਼ਰੂਰ ਦੇਖਣ ਨੂੰ ਮਿਲ ਰਹੇ। ਨਗਰ ਨਿਗਮ ਜ਼ਰੂਰ ਦਾਅਵੇ ਕਰ ਰਿਹਾ ਸੀਗਾ, ਲੇਕਿਨ ਹਾਲਾਤ ਕੀ ਹੈ, ਗਰਾਊਂਡ ਜ਼ੀਰੋ ਤੇ ਹਾਲਾਤ ਕੀ ਹੈ ਉਹ ਦੇਖ ਕੇ ਸਾਫ਼ ਤੌਰ ਤੇ ਬਿਆਨ ਕਰਦੀ ਹੈ ਕਿ ਕਿੰਨੀ ਸਫਾਈ ਸੀਵਰੇਜ ਦੀ ਹੋਈ ਹੈ, ਕਿੰਨੀ ਸਫਾਈ ਜਿਹੜੇ ਹੈਗੇ ਜਿਹੜੇ ਰੋਡ ਬੰਬ ਬਣੇ ਹੋਏ ਉੱਥੇ ਜਿਹੜਾ ਦੇਖਣ ਨੂੰ ਮਿਲ ਰਿਹਾ, ਜਿਸ ਕਰਕੇ ਜਲ ਭਰਾਵ ਲਗਾਤਾਰ ਜਿਹੜਾ ਜਾਰੀ ਹੈ। ਮੋਹਾਲੀ ਜ਼ਿਲ੍ਹੇ ਦੀ ਅਸੀਂ ਗੱਲ ਕਰ ਲਈਏ, ਜਿਹੜੇ ਦਾਅਵੇ ਕੀਤੇ ਗਏ ਸੀ ਨਗਰ ਨਿਗਮ ਵੱਲੋਂ, ਥੋੜੀ ਜਿਹੀ ਬਰਸਾਤ ਪਈ ਤੇ ਸੜਕਾਂ ਦਾ ਹਾਲ ਤਸਵੀਰਾਂ ਰਾਹੀਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਬਿਲਕੁਲ ਜਲ ਭਰਾਵ ਦਾ ਜਿਹੜੀ ਸਿਚੁਏਸ਼ਨ ਹੈ ਉਹ ਦੇਖਣ ਨੂੰ ਮਿਲ ਰਹੀ ਹੈ। ਤਸਵੀਰਾਂ ਨੇ ਮੋਹਾਲੀ ਜ਼ਿਲ੍ਹੇ ਦੇ ਸੈਕਟਰ 79 ਦੀ ਸੜਕਾਂ ਦੀ, ਜਿੱਥੇ ਪੂਰਾ ਜਿਹੜੀ ਸੜਕ ਹੈ ਉਹ ਜਲ ਭਰਾਵ ਕਰਕੇ ਪੂਰੀ ਜਿਹੜਾ ਹੈਗਾ ਜਲਮਗਨ ਹੋ ਚੁੱਕੀ ਹੈ। ਹਰ ਸੈਕਟਰ ਦੀ ਅਸੀਂ ਗੱਲ ਕਰ ਲਈਏ, ਹਰ ਜੇ ਆਪਾਂ ਗੱਲ ਕਰ ਲਈਏ ਸੁਸਾਇਟੀ ਦੇ ਬਾਹਰ ਦੀ ਇਹ ਹਾਲਾਤ ਨੇ ਕਿ ਪੂਰਾ, ਹਾਲਾਂਕਿ ਦਾਅਵੇ ਜ਼ਰੂਰ ਕੀਤੇ ਗਏ ਸੀਗੇ ਕਿ ਬਰਸਾਤ ਤੋਂ ਪਹਿਲਾਂ ਪੂਰੇ ਜਿਹੜੇ ਸੀਵਰੇਜ ਸਿਸਟਮ ਹੈ ਉਸਨੂੰ ਸਾਫ਼ ਸਫਾਈ ਕਰਾਇਆ ਗਿਆ, ਲੇਕਿਨ ਹਾਲਾਤ ਇਹ ਨੇ ਕਿ ਕਰੀਬ 1 ਘੰਟੇ ਦੀ ਬਰਸਾਤ ਤੋਂ ਬਾਅਦ ਹੁਣ ਜਿਹੜੇ ਹਾਲਾਤ ਨੇ ਉਹ ਸਾਰਿਆਂ ਦੇ ਸਾਹਮਣੇ। ਹਾਲਾਂਕਿ ਕਾਫੀ ਲੰਬੇ ਸਮੇਂ ਤੋਂ ਲੋਕਾਂ ਦੀ ਵੀ ਇਹ ਮੰਗ ਸੀ ਕਿ ਸਾਫ਼ ਸਫਾਈ ਸੀਵਰੇਜ ਦੀ ਨਹੀਂ ਹੁੰਦੀ, ਜਿਸ ਕਰਕੇ ਲਗਾਤਾਰ ਜਿਹੜਾ ਜਲ ਭਰਾਵ ਦੀ ਸਿਚੁਏਸ਼ਨ ਹੋ ਜਾਂਦੀ ਹੈ, ਔਰ ਇਹ ਇੰਟਰਨਲੀ ਨਹੀਂ ਬਲਕਿ ਬਾਹਰ ਦੇ ਰੋਡਸ ਤੇ ਵੀ ਇਸ ਤਰ੍ਹਾਂ ਦੇ ਜਿਹੜੇ ਹਾਲਾਤ ਹੈ ਉਹ ਜ਼ਰੂਰ ਵੇਖਣ ਨੂੰ ਮਿਲ ਰਹੇ। ਇਹ ਤਸਵੀਰਾਂ ਨੇ ਮੋਹਾਲੀ ਜ਼ਿਲ੍ਹੇ ਦੇ ਜਿਹੜਾ ਕੋਰਟ, ਜਿਹੜਾ ਡਿਸਟ੍ਰਿਕਟ ਕੋਰਟ SSP ਦਫ਼ਤਰ ਤੋਂ ਜਿਹੜਾ ਰੋਡ ਨਿਕਲਦਾ ਉੱਥੇ ਦੀ ਇਹ ਤਸਵੀਰਾਂ ਨੇ, ਜਿੱਥੇ ਪੂਰੇ ਰੋਡ ਜਿਹੜੇ ਹੈ ਉਹ ਜਲਮਗਨ ਹੋ ਚੁੱਕੇ ਨੇ, ਔਰ ਸੀਵਰੇਜ ਸਿਸਟਮ ਜਿਹੜਾ ਉਹ ਪੂਰੀ ਤਰ੍ਹਾਂ ਜਿਹੜਾ ਫੇਲ ਹੈ ਉਹ ਦਿਖਾਈ ਦੇ ਰਿਹਾ, ਕਿਉਂਕਿ ਪੂਰਾ ਜਿਹੜੇ ਸੀਵਰੇਜ ਹੈ ਉਹ ਬਿਲਕੁਲ ਬੰਦ ਪਏ ਹੈ, ਜਿਸ ਕਰਕੇ ਜਿੰਨੀ ਵੀ ਸੜਕਾਂ ਨੇ ਉਹ ਜਲਮਗਨ ਹੋ ਚੁੱਕੀ ਹੈ। ਹਾਲਾਂਕਿ ਤਸਵੀਰਾਂ ਮੋਹਾਲੀ ਦੇ
ਸੈਕਟਰਸ ਦੀ ਕਈ ਸੈਕਟਰਸ ਦੇ ਇਸ ਤਰ੍ਹਾਂ ਦੇ ਹਾਲਾਤ ਨੇ ਜਿੱਥੇ ਜਲ ਭਰਾਵ ਦੀ ਜਿਹੜੀ ਸਿਚੁਏਸ਼ਨ ਹੈ ਉਹ ਵੇਖਣ ਨੂੰ ਮਿਲ ਰਹੀ ਹੈ। ਪਹਿਲੀ ਵਾਰੀ ਨਹੀਂ, ਇਸ ਤੋਂ ਪਹਿਲਾਂ ਵੀ ਜੇ ਅਸੀਂ ਗੱਲ ਕਰ ਲਈਏ ਪਿਛਲੀ ਵਾਰ ਵੀ ਹਾਲਾਤ ਇਸ ਤਰ੍ਹਾਂ ਦੇ ਸੀਗੇ ਕਿ ਪੂਰੇ ਜਿਹੜੇ ਰੋਡ ਹੈ ਉਹ ਪੂਰੇ ਜਲ ਭਰਾਵ ਸਿਚੁਏਸ਼ਨ ਜਿਹੜੀ ਹੈ ਘਰਾਂ ਦੇ ਅੰਦਰ ਤੱਕ ਪਾਣੀ ਜਾ ਚੁੱਕਿਆ ਸੀਗਾ। ਫਲੈਟਸ ਜਿਹੜੇ ਸੁਸਾਇਟੀ ਹੈ ਗੇਟਿਡ ਸੁਸਾਇਟੀ ਹੈ ਉੱਥੇ ਵੀ ਜਲ ਭਰਾਵ ਦੀ ਜਿਹੜੀ ਸਿਚੁਏਸ਼ਨ ਹੈ ਉਹ ਵੇਖਣ ਨੂੰ ਮਿਲੀ ਸੀ। ਜੇ ਅਸੀਂ ਗੱਲ ਕਰ ਲਈਏ ਮੋਹਾਲੀ ਜ਼ਿਲ੍ਹੇ ਵੱਖ ਵੱਖ ਜਿਹੜੇ ਸੈਕਟਰਸ ਨੇ ਸੁਸਾਇਟੀ ਨੇ ਉਹਦੇ ਵਿੱਚ ਥੋੜੀ ਜਿਹੀ ਬਰਸਾਤ ਕਰਕੇ ਜਿਹੜਾ ਹਾਲਾਤ ਹੈ ਉਹ ਜ਼ਰੂਰ ਦੇਖਣ ਨੂੰ ਮਿਲ ਰਹੇ। ਨਗਰ ਨਿਗਮ ਜ਼ਰੂਰ ਦਾਅਵੇ ਕਰ ਰਿਹਾ ਸੀਗਾ, ਲੇਕਿਨ ਹਾਲਾਤ ਕੀ ਹੈ, ਗਰਾਊਂਡ ਜ਼ੀਰੋ ਤੇ ਹਾਲਾਤ ਕੀ ਹੈ ਉਹ ਦੇਖ ਕੇ ਸਾਫ਼ ਤੌਰ ਤੇ ਬਿਆਨ ਕਰਦੀ ਹੈ ਕਿ ਕਿੰਨੀ ਸਫਾਈ ਸੀਵਰੇਜ ਦੀ ਹੋਈ ਹੈ, ਕਿੰਨੀ ਸਫਾਈ ਜਿਹੜੇ ਹੈਗੇ ਜਿਹੜੇ ਰੋਡ ਬੰਬਸ ਬਣੇ ਹੋਏ ਉੱਥੇ ਜਿਹੜਾ ਦੇਖਣ ਨੂੰ ਮਿਲ ਰਿਹਾ, ਜਿਸ ਕਰਕੇ ਜਲ ਭਰਾਵ ਲਗਾਤਾਰ ਜਿਹੜਾ ਜਾਰੀ ਹੈ।